ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਥਾਣਾ ਗੁਰਾਇਆ ਦੀ ਪੁਲਿਸ ਚੌਂਕੀ ਤਲੇਤਾ ਅਧੀਨ ਪਿੰਡ ਦੇ ਪਿੰਡ ਮਸਾਣੀ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਭੇਤ ਭਰੇ ਹਾਲਾਤਾਂ 'ਚ ਇੱਕ ਨੌਜਵਾਨ ਦੀ ਲਾਸ਼ ਪਿੰਡ ਦੀ ਇੱਕ ਮੋਟਰ 'ਤੇ ਮਿਲੀ। ਨੌਜਵਾਨ ਦੀ ਮੌਤ ਦਾ ਉਸ ਸਮੇਂ ਪਤਾ ਲੱਗਿਆ ਜਦ ਅਚਾਨਕ ਕੁਝ ਪਿੰਡ ਵਾਸੀ ਮੋਟਰ ਵੱਲ ਨੂੰ ਗਏ ਤਾਂ ਉਕਤ ਨੌਜਵਾਨ ਮ੍ਰਿਤਕ ਹਾਲਤ ਵਿੱਚ ਥੱਲੇ ਜ਼ਮੀਨ 'ਤੇ ਪਿਆ ਹੋਇਆ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਗੁਰਾਇਆ ਦੇ SHO ਕੇਵਲ ਸਿੰਘ ਮੌਕੇ 'ਤੇ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ SHO ਕੇਵਲ ਸਿੰਘ ਨੇ ਦੱਸਿਆ ਕਿ ਮਸਾਣੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਨਸ਼ੀਲੀ ਵਸਤੂ ਖਾਣ ਨਾਲ ਮੌਤ ਹੋਈ ਹੈ। SHO ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨਜੀਤ 2 ਦਿਨ ਪਹਿਲਾਂ ਦਾ ਘਰੋਂ ਨਿਕਲਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੈਨੂੰ ਪਤਾ ਨੀ ਚਰਨਜੀਤ ਚਰਨਜੀਤ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਮਸਾਣੀ ਜੋ ਕਿ ਨਸ਼ੀਲੀ ਚੀਜ਼ ਖਾ ਕੇ ਜਿਸਦੀ ਡੈਥ ਹੋ ਗਈ। ਪਿੰਡ ਦੇ ਲੋਕ ਅਚਾਨਕ ਮੋਟਰ 'ਤੇ ਆਏ, ਪਤਾ ਲੱਗਾ ਉਹਦੀ ਡੈਥ ਹੋਈ। ਜਿਸ ਸੰਬੰਧੀ ਉਹਦੇ ਭਰਾ ਨੂੰ ਪਿੰਡ ਦੇ ਮੋਤਵਰ ਵਿਅਕਤੀਆਂ ਸਾਹਮਣੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੀ ਇਹਨਾਂ ਦੀ 174 ਦੀ ਕਾਰਵਾਈ ਸਰ ਉਹਦੇ ਕੋਲੋਂ ਸਰਿੰਜ ਇੱਕ ਪਈ ਮਿਲੀ ਆ। ਕਿਹਾ ਜਾ ਰਿਹਾ ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਆ, ਪਰ ਫਿਰ ਵੀ ਕਿਹਾ ਜਾ ਰਿਹਾ ਕਿ ਨਸ਼ਾ ਬੰਦ ਹੋ ਗਿਆ ਆ, ਨਸ਼ਾ ਖਤਮ ਹੋਣ ਦੀ ਤਰ ਤੇ ਆ, ਪਰ ਲੇਕਿਨ ਉਹਦੇ ਕੋਲੋਂ ਫਿਰ ਵੀ ਸਰਿੰਜਾਂ ਤੁਹਾਡੇ ਸਾਹਮਣੇ ਮਿਲੀਆਂ। ਉਹਦੇ ਬਾਰੇ ਕੀ ਕਹਿੰਦੇ? ਸਰਿੰਜ ਉਹਦੇ ਕੋਲੋਂ ਨਹੀਂ ਮਿਲੀ, ਸਰਿੰਜ ਉਹਦੀ ਸਾਈਡ ਤੇ ਜਿਹੜੀ ਲਾਗੇ ਪਈ ਆ ਉੱਥੇ ਮਿਲੀ ਆ, ਜਿੰਨਾ ਮੈਂ ਦੇਖਿਆ, ਜਿਹਨੂੰ ਮੇਰੇ ਦੇਖਣ ਦੇ ਵਿੱਚ ਆਇਆ। ਇਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਰਿੰਜੇ ਦਾ ਜਿਹੜੀ ਉਹਦਾ ਪਤਾ ਲੱਗੂਗਾ ਪੋਸਟਮਾਰਟਮ 'ਤੇ ਵੀ ਇਹਦੀ ਡੈਥ ਦਾ ਕਾਰਨ ਕੀ ਆ। ਠੀਕ ਆ, ਆਪਾਂ ਇਹਦਾ ਨਸ਼ੇ ਦਾ ਨਹੀਂ ਨਾ ਕਹਿ ਸਕਦੇ, ਤਾਂ ਕਾਰਨ ਉਹਦੇ ਪੋਸਟਮਾਰਟਮ ਤੋਂ ਉਹਦੀ ਰਿਪੋਰਟ ਆਉਣ ਤੋਂ ਪਤਾ ਨਹੀਂ। ਠੀਕ ਹੈ ਸਰ।